ਜੇ ਇਹ ਕਹਿ ਕੇ ਛੁੱਟਣ ਦਾ ਆਪਾਂ ਵਸੀਲਾ ਕਰੀਏ ਕਿ ਜੀ ਉਹ ਪੁਰਾਣੀ ਰਿਕਾਰਡਿੰਗ ਆ ਜੀ ਕੱਟ ਵੱਢ ਹੋਈ ਆ ਜੀ ਇੱਦਾਂ ਹੋਈ ਹੈ ਮੈਂ ਮਾਫ਼ੀ ਮੰਗ ਚੁੱਕਾ ਅਤੇ ਇੱਦਾਂ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਚੁੱਕਾ ਹੁਣ ਇਹ ਪੰਜਾਂ ਪਿਆਰਿਆਂ ਕੋਲ ਪੂਰੇ ਸੰਦਰਭ ਜਾਂ ਪੂਰੀ ਵਾਰਤਾ ਪਹੁੰਚੀ ਸੀ ਕਿ ਨਹੀਂ ਸਵਾਲ ਇਹ ਹੈ ਪੱਤਰਕਾਰੀ ਕਰਦੇ ਆ ਕਾਲਜਾਂ ਰਾਹੀਂ ਹਾਂਜੀ ਤੇ ਕਾਲਜਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਭਾਈ ਜੇ ਇਹੋ ਜਿਹਾ ਸਰੀਰ ਜਿਨ੍ਹਾਂ ਨੇ ਪੰਥ ਵਿੱਚ ਦੋਹਦਾ ਪਾਉਣ ਵਾਸਤੇ ਏਡਾ ਵੱਡਾ ਯਤਨ ਕੀਤਾ ਹੋਵੇ ਜਿਸ ਬੰਦੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੋਵੇ ਉਹਦੇ ਨਾਲ ਇਹਨਾਂ ਦੀਆਂ ਕਾਲ ਰਿਕਾਰਡਿੰਗ ਹੋ ਗਈਆਂ ਹੋਣ ਤੇ ਉਹਨਾਂ ਸਲਾਹ ਕਰਦੇ ਹੋਣ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਦਈ ਆ ਕਿ ਜਾਂ ਪੰਥ ਚੋਂ ਛੇਕੇ ਹੋਏ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਹੋਏ ਉਹਨਾਂ ਲੋਕਾਂ ਨਾਲ ਇਹਨਾਂ ਦੀ ਰੋਟੀ ਬੇਟੀ ਦੀ ਸਾਂਝ ਆ ਚਾਹੇ ਇਹ ਲੋਕ ਮੁਆਫੀਆਂ ਵੀ ਮੰਗ ਲੈਂਦੇ ਹੈਗੇ ਆ ਨਾ ਠੀਕ ਹੈ ਲੇਕਿਨ ਫਿਰ ਵੀ ਆਪਣੇ ਕਾਰਨਾਮੇ ਤੇ ਬਾਜ ਨਹੀਂ ਆਉਂਦੇ ਹੈਗੇ ਠੀਕ ਹੈ ਕਿਉਂਕਿ ਜਦੋਂ ਆਪਾਂ ਅੰਮ੍ਰਿਤ ਛਕਾਉਣ ਦੀ ਜਿਹੜੀ ਪ੍ਰਥਾ ਹੈਗੀ ਆ ਪੰਜ ਬਾਣੀਆਂ ਵਾਲੀ ਜਦੋਂ ਇਹ ਲੋਕ ਉੱਤੇ ਕਿੰਨੂ ਬੰਦੂ ਕਰਨ ਲੱਗ ਪਏ ਹੈਗੇ ਆ ਤੇ ਜਿਹੜੀਆਂ ਸਾਡੀਆਂ ਸੁਪਰੀਮ ਤਾਕਤਾਂ ਹੈਗੀਆਂ ਸੁਪਰੀਮ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈਗਾ ਇਹ ਅੱਜ ਤਾਂ ਹੀ ਹੋ ਰਿਹਾ ਹੈਗਾ ਆ ਕਿਉਂਕਿ ਜੁੱਤੀ ਤਬੜੀ ਤਗੜੀ ਨਹੀਂ ਹੈ ਜਿਹੜੇ ਜਿਹੜੇ ਲੋਕ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਜਿਹੜੀਆਂ ਸਟੇਜਾਂ ਇਹਨਾਂ ਨੂੰ ਦਿੰਦੇ ਨੇ ਜਾਂ ਇਹਨਾਂ ਨਾਲ ਕਿਸੇ ਪ੍ਰਕਾਰ ਦਾ ਸੰਬੰਧ ਰੱਖਦੇ ਨੇ ਜਦ ਤੱਕ ਇਸ ਮੁੱਦੇ ਦਾ ਹੱਲ ਨਹੀਂ ਹੋ ਜਾਂਦਾ ਤਾਂ ਉਹ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਆ ਜਾਂਦੇ ਨੇ ਸਾਰੇ ਲੋਕ ਇੱਕ ਪਾਸੇ ਆਪਾਂ ਕਹਿੰਦੇ ਅਕਾਲ ਤਖ਼ਤ ਸਾਹਿਬ ਤੋਂ ਛਿਕਿਆ ਹੋਇਆ ਉਹ ਉਸ ਦੇ ਨਾਲ ਸਾਡੀ ਕੋਈ ਸਾਂਝ ਨਹੀਂ ਸਾਡੀ ਕੋਈ ਫਤਿਹ ਨਹੀਂ ਠੀਕ ਹੈ ਇੱਕ ਪਾਸੇ ਆਪਾਂ ਉਹਨਾਂ ਅਕਾਲ ਦੇ ਸਲਾਹਾਂ ਕਰਦੇ ਹੋਈਏ ਤੇ ਫਿਰ ਅਕਾਲ ਚੈਨਲ ਆਪਾਂ ਕਹਿੰਦੇ ਹਾਂ ਜੀ ਅਕਾਲ ਚੈਨਲ ਇਸ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਾਂਜੀ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲ ਚੈਨਲ ਸਮਰਪਿਤ ਆ ਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਹੋਏ ਬੰਦੇ ਨਾਲ ਅਕਾਲ ਤਖ਼ਤ ਦਾ ਅਕਾਲ ਚੈਨਲ ਦਾ ਪੱਤਰਕਾਰ ਸਲਾਹ ਕਰੇ ਮੈਂ ਇਹੀ ਪੰਥ ਨੂੰ ਬੇਨਤੀ ਕਰੂੰਗਾ ਕਿ ਆਪਣੇ ਆਪ ਨੂੰ ਪ੍ਰਪੱਖ ਕਰੋ ਕਿਸੇ ਤੇ ਭਰੋਸਾ ਨਾ ਕਰੋ ਪੰਥ ਪ੍ਰਸਤ ਬਣੋ ਗੁਰੂ ਗ੍ਰੰਥ ਪੰਥ ਦੇ ਹਮੇਸ਼ਾ ਹੀ ਵਫ਼ਾਦਾਰ ਰਹੋ ਤੇ ਬਾਣੀ ਬਾਣੀ ਦੇ ਧਾਰਨੀ ਹੋਵੋ ਤੇ ਜਿਹੜਾ ਵੀ ਕੋਈ ਇਦਾਂ ਦਾ ਟੁੱਕੜ ਪੁੱਛ ਆਉਂਦਾ ਹੈਗਾ ਆ ਉਹਦੀਆਂ ਗੱਲਾਂ ਤੇ ਯਕੀਨ ਨਾ ਕਰੋ ਨਿਤਨੇਮ ਦੀਆਂ ਬਾਣੀਆਂ ਦੀ ਗੱਲ ਕੱਲੀ ਨਹੀਂ ਬਾਬਾ ਜੀ ਇਹ ਜੇ ਤੁਸੀਂ ਨਿਤਨੇਮ ਦੀਆਂ ਪੰਜ ਬਾਣੀਆਂ ਤੇ ਸੀਮਤ ਹੋ ਤੁਸੀਂ ਮੈਨੂੰ ਇਹ ਦੱਸੋ ਬਾਕੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਇਹ ਜੋ ਕੁਝ ਵਾਪਰ ਰਿਹਾ ਇਹ ਅਚਨਚੇਤ ਨਹੀਂ ਵਾਪਰ ਰਿਹਾ ਠੀਕ ਹੈ ਇਹ ਸਾਜਿਸ਼ ਦੇ ਤਹਿਤ ਵਾਪਰ ਰਿਹਾ ਕਿਉਂਕਿ ਉਹਨਾਂ ਨੇ ਸਪਸ਼ਟ ਅੱਖਰਾਂ ਵਿੱਚ ਆਪਣੇ ਮੂੰਹ ਤੋਂ ਕਿਹਾ ਜੀ ਕਿੰਨੇ ਸਾਲ ਹੋ ਗਏ ਮੈਨੂੰ 15 ਸਾਲ ਹੋ ਗਏ ਜਾਂ ਜਿੰਨੇ ਵੀ ਸਾਲ ਹੋ ਗਏ ਮੈਂ ਕਦੀ ਵੀ ਕਥਾ ਨਹੀਂ ਕੀਤੀ ਸਿੱਖਾਂ ਦਾ ਜਨਮ ਹੁੰਦਾ ਆ ਸਤਿਗੁਰ ਕੇ ਜਨਮੇ ਗਮਨ ਮਟਾਇਆ ਠੀਕ ਤੇ ਤੁਸੀਂ ਉੱਥੇ ਉਂਗਲੀ ਉਠਾ ਰਹੇ ਆ ਤੇ ਤੁਸੀਂ ਚੁੱਪ ਕਰਕੇ ਸਜ਼ਾ ਲਵਾ ਲੋ ਜਿਹੜਾ ਤੁਹਾਡੇ ਮਨ ਤੇ ਕਾਲਾ ਦਾਗ ਲੱਗਾ ਹੋਇਆ ਉਹ ਸੰਗਤਾਂ ਵਿੱਚ ਕਦੀ ਵੀ ਧੋਣਾ ਜਿੰਨਾ ਚਿਰ ਤੁਸੀਂ ਇਹ ਗੱਲ ਸਾਬਤ ਨਹੀਂ ਕਰਦੇ ਕਿ ਮੈਂ ਉਹਦੀ ਮਾਫ਼ੀ ਮੰਗ ਲਈ ਆ ਇਹਨਾਂ ਪ੍ਰਤੀ ਜਿਹੜਾ ਸਤਿਕਾਰ ਸੀ ਉਹ ਖਤਮ ਹੋ ਗਿਆ ਤੇ ਹੁਣ ਮੇਰਾ ਭਚੰਗੀ ਵੀ ਉਸੇ ਸਕੂਲ 'ਚ ਪੜ੍ਹਦਾ ਹੈ ਜਿੱਥੇ ਮੱਖੂ ਹੋਣਾ ਦਾ ਭਚੰਗੀ ਪੜ੍ਹਦਾ ਹੈ ਅਕਾਲ ਅਕੈਡਮੀ ਜੰਡਿਆਲੀ ਜੀ ਸੋ ਉਹ ਮੈਂ ਉੱਥੇ ਜਾਂਦੇ ਹਾਂ ਪੇਰੈਂਟਸ ਮੀਟਿੰਗ ਤੇ ਤੁਹਾਨੂੰ ਪਤਾ ਵੀ ਉੱਥੇ ਮੇਲ ਹੋ ਜਾਂਦੇ ਨੇ ਤੇ ਆਪਾਂ ਫਤਿਹ ਵੀ ਬੁਲਾਉਣੀ ਇਹਨਾਂ ਨੂੰ ਛੱਡੀ ਹੋਈ ਹੈ ਸਿਰਫ ਤਾਂ ਕਰਕੇ ਕਿਉਂਕਿ ਸਾਡੇ ਖੰਡੇ ਬਾਟੇ ਦੀ ਪੌਲ ਤੇ ਜਿਹੜਾ ਸਵਾਲ ਕਰੇਗਾ ਜੀ ਅਸੀਂ ਉਹਨੂੰ ਤਦ ਤੱਕ ਖਿਮਾ ਨਹੀਂ ਕਰ ਸਕਦੇ ਫਲਾਣੇ ਸ਼ਹਿਰ ਵਿੱਚ ਗਿਆ ਕਾਨਪੁਰ ਜਾਂ ਦੇਹਰਾਦੂਨ ਜਿੱਥੇ ਵੀ ਉਹਨਾਂ ਨੇ ਮੈਨੂੰ ਜਾਪ ਸਾਹਿਬ ਦੀ ਕਥਾ ਕਰਨ ਲਈ ਕਿਹਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਤੋਂ ਜਪਜੀ ਸਾਹਿਬ ਦੀ ਕਰਾ ਲਓ ਮੈਂ ਜਾਪ ਸਾਹਿਬ ਦੀ ਨਹੀਂ ਕਰਦੀ